ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰਪਾਲ ਸਿੰਘ ਰਿੱਤੂ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਮੋਤੀ ਨਗਰ ਲੁਧਿਆਣਾ। ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਪੱਪੀ ਹੈਗਾ, ਜਿਹੜਾ ਆਮ ਆਦਮੀ ਪਾਰਟੀ ਤੋਂ ਜਿਹੜਾ ਉਮੀਦਵਾਰ ਹੈ ਪੱਪੀ ਪਰਾਸ਼ਰ, ਜੋ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਲਿਖੀ ਹੋਈ ਦੇ ਉੱਪਰ ਜੁੱਤੀਆਂ ਲੈ ਕੇ ਬੈਠਿਆ, ਉਹਦਾ ਸਿੱਖ ਸੰਗਤ 'ਚ ਬੜਾ ਭਾਰੀ ਰੋਸ ਹੈ। ਅਤੇ ਇਹ ਤਾਂ ਆਮ ਆਦਮੀ ਪਾਰਟੀ ਦੀ ਫਿਤਰਤ ਹੈ ਗੁਰੂ ਸਾਹਿਬ ਨਾਲ ਬੇਅਦਬੀ ਕਰਨਾ, ਜਿਵੇਂ CM ਸਾਡਾ ਦਾਰੂ ਪੀ ਕੇ ਗੁਰੂ ਗ੍ਰੰਥ ਸਾਹਿਬ ਦੇ ਸਮੁੱਖ ਚਲਾ ਗਿਆ ਸੀਗਾ, ਭੋਗ ਸੀਗਾ ਕਿਤੇ, ਦਾਰੂ ਪੀ ਕੇ ਚਲਾ ਗਿਆ ਸੀਗਾ। ਸੋ ਅਸੀਂ ਇਹ ਜਿਹੜੇ ਪੱਪੀ ਪਰਾਸ਼ਰ ਨੂੰ ਇਹ ਕਹਿੰਦੇ ਹਾਂ ਵੀ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਨਮਸਤਕ ਹੋ ਕੇ ਮਾਫ਼ੀ ਮੰਗੇ, ਨਹੀਂ ਤਾਂ ਇਹਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾਣਗੇ। ਜਿੱਥੇ ਵੀ ਜਾਏਗਾ ਉੱਥੇ ਇਹਦੇ ਖਿਲਾਫ਼ ਅਸੀਂ ਧਰਨੇ ਦੇਵਾਂਗੇ ਅਤੇ ਇਹਨੂੰ ਕੰਪੇਨੀਕਰਨ ਦਾਂਗੇ। ਸੋ ਇਹਨੂੰ ਅਸੀਂ ਇਹ ਚੇਤਾਵਨੀ ਵੀ ਦਿੰਦੇ ਹਾਂ, ਤਾੜਨਾ ਵੀ ਦਿੰਦੇ ਹਾਂ ਕਿ ਭਾਈ ਜੋ ਤੂੰ ਗਲਤੀ ਕੀਤੀ ਹੈ ਇਹਦੀ ਅਕਾਲ ਤਖ਼ਤ ਸਾਹਿਬ ਜਾ ਕੇ ਜਾਂ ਦਰਬਾਰ ਸਾਹਿਬ ਜਾ ਕੇ ਮਾਫ਼ੀ ਮੰਗੇ, ਨਹੀਂ ਤਾਂ ਇਹਦੇ ਇਹਨੂੰ ਅਸੀਂ ਚੋਣ ਬਚਾ ਨਹੀਂ ਕਰਨ ਦਾਂਗੇ। ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ, ਹਰ ਜੁਝਾਰੂ ਵਰਕਰ ਇਹਦੇ ਖਿਲਾਫ਼ ਮੋਰਚਾ ਲਾਏਗਾ ਅਤੇ ਇਹਨੂੰ ਚੋਣ ਪ੍ਰਚਾਰ ਕਰਨ ਲਈ ਅਸੀਂ ਔਖਾ ਕਰ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨੀ ਲੁਧਿਆਣਾ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਕੁਮਾਰ ਪੱਪੀ ਦੁਆਰਾ ਜੋ ਰੋਡ ਸ਼ੋਅ ਦੌਰਾਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੀ ਹੋਈ ਤੁੱਕ ਦੇ ਉੱਪਰ ਜੁੱਤੀਆਂ ਸਮੇਤ ਬੈਠਣ 'ਤੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਜੋ ਗਲਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੀਤੀ ਗਈ ਆ ਉਹ ਮਾਫ਼ ਕਰਨ ਯੋਗ ਨਹੀਂ ਹੈ। ਸਿੱਖ ਰਿੰਦਰੇ ਪੂਰੀ ਤਰ੍ਹਾਂ ਬਲੁੰਦਰੇ ਗਏ ਹਨ ਔਰ ਇਸ ਦੀ ਪੂਰੇ ਪੰਜਾਬ ਵਿੱਚ ਨਹੀਂ ਦੇਸ਼ ਵਿਦੇਸ਼ ਵਿੱਚ ਵੀ ਨਿੰਦਾ ਕੀਤੀ ਜਾ ਰਹੀ ਹੈ। ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਪੀ ਦੁਆਰਾ ਇਹ ਕੀਤੀ ਗਈ ਘਿਨੌਣੀ ਹਰਕਤ ਦੀ ਜ਼ੋਰਦਾਰ ਨਿੰਦਾ ਕਰਦਾ। ਜਾਂ ਤਾਂ ਅਸ਼ੋਕ ਕੁਮਾਰ ਪੱਪੀ ਅਕਾਲ ਤਖ਼ਤ ਸਾਹਿਬ ਵਿਖੇ ਹੋ ਕੇ ਮਾਫ਼ੀ ਮੰਗਣ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਸਾਰੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅਸ਼ੋਕ ਕੁਮਾਰ ਪੱਪੀ ਦੁਆਰਾ ਕੀਤੇ ਗਏ ਘਿਨੌਣੇ ਅਪਰਾਧ ਦੀ ਲਈ ਧਰਨਾ ਲਗਾਏਗਾ। ਅਤੇ ਜੋ ਪਾਰਟੀ ਪੰਜਾਬ ਦੇ ਵਿੱਚ ਅੱਜ ਤੋਂ ਲਗਭਗ 2 ਸਾਲ ਪਹਿਲਾਂ ਬੇਅਦਬੀ ਦੀਆਂ ਗੱਲਾਂ ਕਰਕੇ ਹੋਂਦ 'ਚ ਆਈ ਸੀ, ਅੱਜ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਸਾਰੇ ਦੇ ਸਾਹਮਣੇ ਆ ਚੁੱਕਾ ਹੈ। ਇਹ ਕਿਸੇ ਵੀ ਧਰਮ ਅਤੇ ਸਮਾਜ ਦੀ ਇੱਜ਼ਤ ਨਹੀਂ ਕਰਦੇ। ਇਹਨਾਂ ਨੂੰ ਇੱਕ ਇੱਕ ਲਾਲਚ ਹੈ ਸੱਤਾ ਪ੍ਰਾਪਤ ਕਰਨੀ, ਉਸ ਦੇ ਅੱਗੇ ਇਹਨਾਂ ਦਾ ਜਿਹੜੇ ਹੋਸ਼ ਆ ਉਹ ਸਾਰੇ ਹੀ ਖਤਮ ਹੋ ਜਾਂਦੇ ਹਨ। ਅਤੇ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਆ ਜਿਸ ਨੇ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਸੋ ਮੈਂ ਅਸ਼ੋਕ ਕੁਮਾਰ ਪੱਪੀ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਜਲਦ ਤੋਂ ਜਲਦ ਜੋ ਇਹ ਘਿਨੌਣੀ ਹਰਕਤ ਕੀਤੀ ਆ ਉਹ ਮਾਫ਼ੀ ਮੰਗਣ, ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ।